मैं कवन सूबा प्रधान किसान संघर्ष कमेटी पंजाब जिहड़ा साडा अज दा प्रोग्राम आ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਦੇਸ਼ ਭਰ 'ਚ ਕੀਤਾ ਜਾ ਰਿਹਾ ਇਹਦਾ ਇੱਕੋ ਹੀ ਅੱਜ ਏਜੰਡਾ ਕਿ ਲਖੀਮਪੁਰ ਖੀਰੀ 'ਚ ਜਿਹੜੀ ਘਟਨਾ ਵਾਪਰੀ ਆ ਜਿਹੜੇ ਕਿਸਾਨਾਂ ਨੂੰ ਉੱਥੇ ਸ਼ਹੀਦ ਕੀਤਾ ਗਿਆ ਅਤੇ ਜਿਹੜੀ ਬਰਬਰਤਾ ਨਾਲ ਸ਼ਹੀਦ ਕੀਤਾ ਗਿਆ ਇੱਦਾਂ ਦੀ ਮਿਸਾਲ ਕਿਤੇ ਮਿਲਦੀ ਨਹੀਂ ਗੀ ਇਹਦੇ ਜਦੋਂ ਅੰਗਰੇਜ਼ਾਂ ਦੇ ਰਾਜ 'ਚ ਗੁਰਦੁਆਰੇ ਯਾਦ ਕਰਾਉਣ ਲਈ ਮੋਰਚੇ ਲੱਗੇ ਸੀ ਉਹ ਅੰਗਰੇਜ਼ ਗੱਡੀਆਂ ਚੜ੍ਹਾਉਂਦੇ ਸੀ ਉਸ ਤੋਂ ਬਾਅਦ ਅੱਜ ਬੀਜੇਪੀ ਨੇ ਉਹ ਕੰਮ ਸ਼ੁਰੂ ਕੀਤਾ ਵਾ ਪਰ ਇਹ ਜਿਹੜੀ ਸ਼ਹਾਦਤ ਆ ਇਹ ਇਸ ਵੇਲੇ ਸਾਡੇ ਮੋਰਚੇ ਦੇ ਜਿਹੜੇ ਪੰਜ ਸ਼ਹੀਦ ਉਹ ਪੰਜ ਪਿੱਲਰ ਆ ਸਾਡੇ ਅੰਦੋਲਨ ਦੇ ਬੀਜੇਪੀ ਨੈਤਿਕਤਾ ਗਵਾ ਚੁੱਕੀ ਆ ਜੇ ਉਹਦੇ ਵਿੱਚ ਥੋੜ੍ਹੀ ਬਹੁਤੀ ਨੈਤਿਕਤਾ ਹੁੰਦੀ ਤਾਂ ਫਿਰ ਇਸ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਸੀ ਇਹਨੇ ਕਿਹਾ ਕਿ ਜੇ ਮੇਰਾ ਮੁੰਡਾ ਉੱਥੇ ਹਾਜ਼ਰ ਪਾਇਆ ਗਿਆ ਤਾਂ ਮੈਂ ਮੰਤਰੀ ਮੰਡਲ ਤੋਂ ਅਸਤੀਫਾ ਦੇ ਦੂੰਗਾ ਹੁਣ ਮੁੰਡਾ ਸਬੂਤ ਆ ਗਏ ਮੁੰਡਾ ਹਾਜ਼ਰ ਪਾਇਆ ਗਿਆ ਉੱਥੇ ਹੁਣ 302 'ਚ 120 ਬੀ 'ਚ ਉਹ ਜੇਲ੍ਹ ਚਲੇ ਗਿਆ 120 ਬੀ 'ਚ ਅਜੇ ਮਿਸ਼ਰਾ ਸ਼ਾਮਿਲ ਆ ਇਹਨੂੰ ਅਸਤੀਫਾ ਦੇਣਾ ਚਾਹੀਦਾ ਅਸਤੀਫਾ ਦੇ ਕੇ ਇਹਨੂੰ ਜੇਲ੍ਹੇ ਜਾਣਾ ਚਾਹੀਦਾ ਹਾਂ ਜਿੰਨਾ ਚਿਰ ਤੱਕ ਇਹ ਰਿਜ਼ਾਈਨ ਨਹੀਂ ਕਰਦਾ ਉਨਾ ਚਿਰ ਤੱਕ ਨਿਰਪੱਖ ਜਾਂਚ ਸੰਭਵ ਨਹੀਂ ਗੀ ਕਿਉਂਕਿ ਇਹ ਗ੍ਰਹਿ ਰਾਜ ਮੰਤਰੀ ਆ ਇਹ ਸਾਰੀਆਂ ਏਜੰਸੀਆਂ ਨੂੰ ਪ੍ਰਭਾਵਿਤ ਕਰੂਗਾ ਇਹ ਸਬੂਤ ਮਿਟਾਊਗਾ ਇਸ ਕਰਕੇ ਜਿੰਨਾ ਚਿਰ ਤੱਕ ਅਸੀਂ ਇਹਨੂੰ ਸਿੱਖਾਂ ਦੇ ਪਿੱਛੇ ਨਹੀਂ ਪਹੁੰਚਾ ਦਿੰਦੇ ਉਹਨਾਂ ਚਿਰ ਤੱਕ ਅੰਦੋਲਨ ਲਗਾਤਾਰ ਜਾਰੀ ਰਹੂਗਾ ਅੱਜ ਦਾ ਹੈਗਾ ਸ਼ਾਮੀ 4 ਵਜੇ ਤੱਕ 10 ਵਜੇ ਤੋਂ ਸ਼ੁਰੂ ਹੋ ਗਿਆ 4 ਵਜੇ ਤੱਕ ਇਹ ਅੱਜ ਸਾਰੇ ਦੇਸ਼ 'ਚ ਸਾਰੇ ਸੂਬਿਆਂ 'ਚ ਹਜ਼ਾਰਾਂ ਨਹੀਂ ਮਤਲਬ ਲੱਖਾਂ ਕਰੋੜਾਂ ਕਿਸਾਨ ਰੇਲ ਦੀਆਂ ਪਰਡੀਆਂ 'ਤੇ ਪਹੁੰਚ ਚੁੱਕੇ ਆ ਦੇਖੋ ਜਿਹੜੀ ਬਾਰਡਰ 'ਤੇ ਧਾਰਾ ਵਧਾਈ ਗਈ ਜਿਹੜਾ 50 ਕਿਲੋਮੀਟਰ ਦਾ ਕੀਤਾ ਗਿਆ ਉਹਨੂੰ ਉਹਦੇ ਪਿੱਛੇ ਇਹਨਾਂ ਦੀ ਮਨਸ਼ਾ ਕਿ ਕਿਉਂਕਿ ਉਹਦੇ 'ਚ 2-3 ਗੱਲਾਂ ਮਤਲਬ BSF ਵਾਲੇ ਕਿਸੇ ਨੂੰ ਅਰੈਸਟ ਕਰਨਗੇ ਉਹਨਾਂ ਨੂੰ ਮੈਜਿਸਟਰੇਟ ਦੀ ਲੋੜ ਨਹੀਂ ਉਹ ਅਰੈਸਟ ਕਰਕੇ ਉਹਦੇ 'ਤੇ ਜਿਹੜੀ ਮਰਜ਼ੀ ਚੀਜ਼ ਪਾ ਸਕਦੇ ਆ ਵੀ ਇਹਦੇ ਕੋਲ ਸਮੈਕ ਬਰਾਮਦ ਹੋਈ ਆ ਇਹਦੇ ਕੋਲ ਹੈਰੋਨ ਬਰਾਮਦ ਹੋਈ ਆ ਇਹਦੇ ਕੋਲ ਹਥਿਆਰ ਬਰਾਮਦ ਹੋਏ ਆ ਮਤਲਬ ਪੰਜਾਬ ਦੇ ਮਾਹੌਲ ਨੂੰ BJP ਸਿੱਧਾ ਦਖਲ ਦੇ ਕੇ ਕੇਂਦਰ ਸਿੱਧਾ ਦਖਲ ਦੇ ਕੇ ਪੰਜਾਬ ਦੇ ਮਾਹੌਲ ਨੂੰ ਵਿਗਾੜਨਾ ਚਾਹੁੰਦਾ ਸਾਡੀਆਂ ਜਥੇਬੰਦੀਆਂ 32 ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਅਸੀਂ ਇਹਦਾ ਡਟ ਕੇ ਵਿਰੋਧ ਕਰ ਰਹੇ ਹਾਂ ਪੰਜਾਬ ਦੇ ਮਾਹੌਲ ਨੂੰ BJP ਸਿੱਧਾ ਦਖਲ ਦੇ ਕੇ ਕੇਂਦਰ ਸਿੱਧਾ ਦਖਲ ਦੇ ਕੇ ਪੰਜਾਬ ਦੇ ਮਾਹੌਲ ਨੂੰ ਵਿਗਾੜਨਾ ਚਾਹੁੰਦਾ ਸਾਡੀਆਂ ਜਥੇਬੰਦੀਆਂ 32 ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਅਸੀਂ ਇਹਦਾ ਡਟ ਕੇ ਵਿਰੋਧ ਕਰ ਰਹੇ ਹਾਂ ਅਤੇ ਇਹਨੂੰ ਕਿਉਂਕਿ ਇਹ ਪਹਿਲਾਂ ਹੀ 15 ਕਿਲੋਮੀਟਰ ਸੀ ਅਤੇ ਵਧਾ ਕੇ ਇਹਨੂੰ 50 ਕਿਲੋਮੀਟਰ ਕਰਤਾ ਇਸ ਕਰਕੇ ਅਸੀਂ ਇਹਨੂੰ ਇਸ ਫੈਸਲੇ ਨੂੰ ਵਾਪਸ ਕਰਾਵਾਂਗੇ ਮੈਂ ਤਾਂ ਇਹ ਕਹਿ ਰਿਹਾ ਕਿ ਇਹ ਇੱਕ ਨਵੀਂ ਸਾਜ਼ਿਸ਼ ਰਚ ਰਿਹਾ ਉਹ ਸਾਜ਼ਿਸ਼ ਰਚ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਅੰਦੋਲਨ ਕਿਉਂਕਿ ਅੰਦੋਲਨ ਦੇ ਖਿਲਾਫ ਸਾਜ਼ਿਸ਼ਾਂ ਬਹੁਤ ਹੋ ਗਈਆਂ BJP ਨੇ ਬਹੁਤ ਸਾਜ਼ਿਸ਼ਾਂ ਰਚ ਲਈਆਂ ਪਰ ਅਸੀਂ ਸੰਯੁਕਤ ਕਿਸਾਨ ਮੋਰਚੇ ਨੇ ਇਸ ਅੰਦੋਲਨ ਨੂੰ ਸ਼ਾਂਤਮਈ ਰੱਖਿਆ ਅਤੇ ਸ਼ਾਂਤਮਈ ਰੱਖਾਂਗੇ ਦੇਖੋ ਇਹ ਸਾਰੇ ਸਾਰੇ ਦੇਸ਼ 'ਚ ਸਾਰਿਆਂ ਸੂਬਿਆਂ 'ਚ ਮਤਲਬ ਇਹ ਕਿਉਂਕਿ ਇਹ ਦੇਸ਼ ਪੱਧਰ ਦੀ ਕਾਲ ਆ ਸਾਰੇ ਦੇਸ਼ ਸਾਰਿਆਂ ਸੂਬਿਆਂ 'ਚ ਚੱਲ ਰਿਹਾ ਅੱਜ ਮੈਂ ਜੀ ਗੁਰਦੇਵ ਸਿੰਘ ਵਰਪਾਲ ਕਿਸਾਨ ਸੰਘਰਸ਼ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਅੱਜ ਜੀ ਅਸੀਂ ਸੰਯੁਕਤ ਮੋਰਚੇ ਵੱਲੋਂ ਜੋ ਕਾਲ ਸੀਗੀ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਰੇਲਾਂ ਦਾ ਚੱਕਾ ਜਾਮ ਕੀਤਾ ਜਾਊਗਾ 10 ਵਜੇ ਤੋਂ ਲਾ ਕੇ 4 ਵਜੇ ਤੱਕ ਅਤੇ ਅੱਜ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜਾ ਮੇਨ ਸਟੇਸ਼ਨ ਹੈ ਅੰਮ੍ਰਿਤਸਰ ਦਾ ਉੱਥੇ ਅਸੀਂ ਰੇਲਾਂ ਨੂੰ ਜਾਮ ਕਰਕੇ ਬੈਠੇ ਹੋਏ ਹਾਂ ਇਸ ਕਰਕੇ ਵੀ ਜਿਹੜਾ UP ਦੇ ਵਿੱਚ ਜਿਹੜਾ ਸੀਗਾ ਸਾਡੇ 4 ਕਿਸਾਨ ਅਤੇ 1 ਪੱਤਰਕਾਰ ਵੀਰ ਜਿਹੜਾ ਉਹਨੂੰ ਸ਼ਹੀਦ ਕੀਤਾ ਗਿਆ ਸ਼ਰੇਆਮ ਅਜੇ ਮਿਸ਼ਰਾ ਦੇ ਮੁੰਡੇ ਨੇ ਜਿਹੜੀ ਆ ਉਹ ਗੱਡੀ ਚੜ੍ਹਾ ਕੇ ਉਹਨਾਂ ਦੇ ਉੱਤੇ ਉਹਨਾਂ ਨੂੰ ਮਤਲਬ ਤਸ਼ੱਦਦ ਕੀਤਾ ਗਿਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਅਤੇ ਅਜੇ ਮਿਸ਼ਰਾ ਨੇ ਜਿਹੜਾ ਵਾ ਕੋਈ ਅਸਤੀਫਾ ਨਹੀਂ ਦਿੱਤਾ ਗਿਆ ਉੱਥੋਂ ਰਿਜ਼ਾਇਨ ਨਹੀਂ ਦਿੱਤਾ ਗਿਆ ਉਹਦੇ ਤੋਂ ਅਸੀਂ ਚਾਹੁੰਦੇ ਹਾਂ ਵੀ ਉਹਨੂੰ ਅਸਤੀਫਾ ਦਿੱਤਾ ਜਾਵੇ ਅਤੇ ਉਹਨੂੰ ਬਰਖਾਸਤ ਕੀਤਾ ਜਾਵੇ ਉਹਦੇ ਤੋਂ ਅਤੇ ਸਿੱਖਾਂ ਦੇ ਮਗਰ ਜਿਹੜਾ ਉਹਨੂੰ ਪਹੁੰਚਾਇਆ ਜਾਵੇ ਅਤੇ ਇੱਕ ਉੱਚ ਪੱਧਰੇ ਜਿਹੜਾ ਵਾ ਕੋਈ ਅਧਿਕਾਰੀ ਆ ਜਿਹੜਾ ਸੁਪਰੀਮ ਕੋਰਟ ਦਾ ਜੱਜ ਆ ਉਹਦੇ ਕੋਲ ਜਾਂਚ ਕਰਾ ਕੇ ਅਤੇ ਹੋਰ ਵੀ ਜਿਹੜੀ ਪਿੱਛੇ ਸਾਜ਼ਿਸ਼ ਆ ਕੋਈ ਉਹਨੂੰ ਨੰਗਿਆ ਕੀਤਾ ਜਾਵੇ
वेखो जी हिंदुस्तान लैवल से लगे हुए ने, पंजाब लगे हुए ने, अमृतसर जिले के जोड़ा वा पंजा क्यों जगह के उत्ते जोड़ा वा वो असी रेलों के ट्रैक जी जाम करके बैठे हुए हैं, क्योंकि बीजेपी सरकार जी लगातार जी कोझिया चाल चल रही आ, क्योंकि जिमें हुण आ ला लीए आप बार्डर तो जोड़ा वा 50 किलोमीटर का एरिया इन्होंने वधा दिता गया वा, उहदे विच वी असीं इहदी निखेधी करदे हां वी जे आपां नशे जिहड़े आ उह आपणे कोल उत्थे नहीं मेन बार्डर ते नहीं फड़े जांदे ते आपां नूं 50 किलोमीटर तक कण के किन्ने का आपां फड़ लवांगे, क्योंकि जिन्ना चिर तक उहनां बंदिआं नूं नत्थ नहीं पाई जांदी जिहड़े लिया रहे ने, उहनां चिर तक जिहड़ा आम बंदे नूं जिहड़ा वा दुखी करन वास्ते जिहड़ा वा CRP जां BSF लाई जांदी आ उहदी असीं निखेधी करदे हां। दूसरा जिहड़ा वा हुण कतलेआम करवा रही, अज्ज तां संयुक्त मोर्चे ते कतल कीता गया, इह वी BJP दीआं जिहड़ियां कोझिआं साजिशां वा, इहनां नूं असीं निपरे नहीं चढ़न दांगे, असीं शांतिपूर्व जिहड़े धरने जितना लगे हुए ने उस तरह लगा के अपना हक जिहड़ा वा उह लै के रहांगे। बिल्कुल जी, इह BJP सरकार ज्यों तो मोर्चा चलिया उदों तो ला के कदी सानू अतवादी कदी अंकतवादी कदी कुछ तो कदी कुछ कह रही आ, कुछ पुठे सीधे बयान दिते जा रहे इन्हां दे लीडरां वल्लों, सानू बदनाम करन दी कोशिश की जा रही है, पर अजे तक जिहड़ा वा असीं शांतमय तरीके दे नाल जिहड़े थां थां ते धरने ला रहे हां ते उसे तरह शांतमय तरीके नाल धरने ला के जिहड़े तिन्ने काले कानून ने असीं वापस करवावांगे। अगला स्टैप साडा इह आ जी, अज्ज ते असीं 10 to 4 तक इंतजाम कर रहे हैं रेलां, तो कल साड़ी संयुक्त मोर्चे की मीटिंग लग रही है, जे उन्होंने अजय मिश्रा जिहड़ा वा बर्खास्त नहीं किया जाता तो फिर जी अगली कॉल आऊगी संयुक्त मोर्चे वालों जरूर लागू करांगे।